ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਦਾ ਪੰਜਾਬ ਲਾਈਵ। ਅੱਜ ਕੱਲ੍ਹ ਆਪਾਂ ਆਮ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਭਲਾਈ ਦਾ ਜ਼ਮਾਨਾ ਨਹੀਂ ਹੈ। ਚੰਗੇ ਲੋਕਾਂ ਦੀ ਜ਼ਿੰਦਗੀ ਵਿੱਚ ਅੱਜ ਕੱਲ੍ਹ ਦੁੱਖ ਹੀ ਦੁੱਖ ਹਨ, ਅਤੇ ਜੋ ਇੰਨਾ ਬੁਰਾ ਹੈ, ਭੈੜੇ ਕੰਮ ਕਰਦਾ ਹੈ, ਉਹ ਓਨਾ ਹੀ ਖੁਸ਼ ਹੈ। ਪਰ ਗੱਲ ਹਮੇਸ਼ਾ ਯਾਦ ਰੱਖਿਓ, ਜੋ ਵੀ ਆਪਾਂ ਸੋਚਦੇ ਹਾਂ, ਜਿਵੇਂ ਦਾ ਵੀ ਸੋਚਦੇ ਹਾਂ, ਇਹ ਜੋ ਸਮਾਜ ਹੈ ਨਾ, ਆਪਾਂ ਉਵੇਂ ਦਾ ਹੀ ਦਿਖਣ ਲੱਗ ਜਾਂਦਾ। ਆਪਣੇ ਆਪ ਤੋਂ ਇਹ ਸਵਾਲ ਪੁੱਛੋ ਕਿ ਸਾਨੂੰ ਕਿਵੇਂ ਦੇ ਮਨੁੱਖ ਵਧੀਆ ਲੱਗਦੇ ਨੇ। ਜੋ ਸਾਡੇ ਨਾਲ ਚੰਗੀ ਤਰ੍ਹਾਂ ਰਹਿਣ, ਉਹ ਚੰਗੇ ਲੱਗਦੇ ਨੇ। ਜੋ ਬੁਰਾ ਕਰਨ, ਉਹ ਵਧੀਆ ਲੱਗਣਗੇ। ਜੇ ਤੁਹਾਡੇ ਨਾਲ ਕੋਈ ਚੰਗਾ ਕਰਦਾ, ਤਾਂ ਤੁਸੀਂ ਉਸ ਨਾਲ ਕਦੇ ਮਾੜਾ ਕਰੋਗੇ? ਇਹ ਜੋ ਸੰਸਾਰ ਹੈ ਨਾ, ਇੱਥੇ ਵੱਖ ਵੱਖ ਤਰ੍ਹਾਂ ਦੇ ਲੋਕ ਹਨ, ਚੰਗੇ ਵੀ ਹਨ ਅਤੇ ਮਾੜੇ ਵੀ। ਜੋ ਚੰਗੇ ਸੁਭਾਅ ਵਾਲਾ ਮਨੁੱਖ ਹੈ ਨਾ, ਉਹ ਚੰਗਾ ਹੀ ਦੂਜੇ ਨਾਲ ਕਰਦਾ, ਅਤੇ ਜੇ ਉਸਦਾ ਭਲਾ ਕਰੋਗੇ, ਉਹ ਤੁਹਾਡਾ ਭਲਾ ਹੀ ਕਰੇਗਾ। ਪਰ ਕਈ ਲੋਕ ਐਵੇਂ ਦੇ ਹੁੰਦੇ ਹਨ, ਉਹ ਐਡੇ ਮਾੜੇ ਵੀ ਹੁੰਦੇ ਹਨ ਕਿ ਤੁਸੀਂ ਉਹਨਾਂ ਦਾ ਭਲਾ ਕਰੋਗੇ ਨਾ, ਤਾਂ ਵੀ ਤੁਹਾਡਾ ਮਾੜਾ ਹੀ ਕਰਨਗੇ। ਆਪਾਂ ਕਿਸੇ ਨਾਲ ਚੰਗਾ ਕੀਤਾ, ਪਰ ਬਦਲੇ ਵਿੱਚ ਉਹਨੇ ਸਾਡੇ ਨਾਲ ਬੁਰਾ ਕੀਤਾ, ਤਾਂ ਆਪਾਂ ਉਹਨੂੰ ਹੀ ਸਾਰੀ ਜ਼ਿੰਦਗੀ ਦਾ ਸੱਚ ਮੰਨ ਕੇ ਬੈਠ ਜਾਂਦੇ ਹਾਂ। ਇਹ ਸੱਚ ਨਹੀਂ ਹੈ। ਵੱਖ ਵੱਖ ਤਰ੍ਹਾਂ ਦੇ ਲੋਕ ਨੇ ਸਮਾਜ ਵਿੱਚ, ਅਤੇ ਸਭ ਦਾ ਵਤੀਰਾ ਹੀ ਵੱਖ ਵੱਖ ਹੈ। ਕਈ ਲੋਕ ਕਹਿੰਦੇ ਨੇ ਕਿ ਕਰਮਾਂ ਦਾ ਫਲ ਮਿਲਦਾ ਹੈ ਕਿ ਨਹੀਂ, ਕਿਉਂਕਿ ਜੋ ਵੀ ਵੇਖਦੇ ਹਾਂ, ਸਭ ਪੁੱਠਾ ਹੀ ਨਜ਼ਰ ਆਉਂਦਾ। ਇੱਕ ਵਾਰ ਇੱਕ ਮਨੁੱਖ ਇੱਕ ਰਸਤੇ ਤੋਂ ਆਪਣੇ ਘਰ ਜਾ ਰਿਹਾ, ਅਤੇ ਰਸਤੇ ਵਿੱਚ ਵੇਖਦਾ ਕਿ ਇੱਕ ਬਜ਼ੁਰਗ ਬੀਬੀ ਕਿਸੇ ਬੱਸ ਦੀ ਸਵਾਰੀ ਦੀ ਉਡੀਕ ਕਰ ਰਹੀ ਸੀ। ਤਾਂ ਉਹ ਮਨੁੱਖ ਕੋਲ ਗਿਆ, ਕਹਿੰਦਾ, ਮਾਤਾ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਘਰ ਛੱਡ ਆਉਂਦਾ, ਮੇਰੇ ਕੋਲ ਸਵਾਰੀ ਹੈਗੀ ਆਪਣੀ। ਪਹਿਲਾਂ ਤਾਂ ਅਣਜਾਣ ਵੇਖ ਥੋੜ੍ਹਾ ਜਿਹਾ ਡਰ ਗਈ, ਤਾਂ ਉਹਨੇ ਕਿਹਾ, ਮਾਤਾ ਡਰਨਾ, ਮੈਂ ਤੈਨੂੰ ਸਹੀ ਸਲਾਮਤ ਤੇਰੇ ਘਰ ਛੱਡ ਆਵਾਂਗਾ, ਮੈਂ ਉੱਧਰ ਹੀ ਜਾ ਰਿਹਾ ਵਾਂ ਜਿਸ ਰਸਤੇ ਤੇਰਾ ਘਰ ਹੈ, ਆ ਜਾ। ਤਾਂ ਜਦੋਂ ਮਾਤਾ ਨੇ ਪਿਆਰ ਨਾਲ ਕਿਹਾ, ਮਾਤਾ ਨੇ ਮੂੰਹ ਵੱਲ ਦੇਖਿਆ ਤਾਂ ਲੱਗਾ ਭਲਾ ਇਨਸਾਨ ਹੈ, ਛੱਡ ਆਏਗਾ। ਉਹ ਖੜ੍ਹੀ ਹੋਈ, ਉਹਦੀ ਸਵਾਰੀ 'ਤੇ ਬੈਠੀ ਅਤੇ ਬੜੀ ਖੁਸ਼ ਹੋਈ ਕਿ ਅੱਜ ਕਿਸੇ ਮੇਰੀ ਮਦਦ ਕੀਤੀ, ਕੋਈ ਨੇਕ ਦਿਲ ਮਿਲਿਆ। ਜਦੋਂ ਮਾਤਾ ਉਤਰਨ ਲੱਗੀ, ਕਹਿੰਦੀ, ਕਿੰਨੇ ਰੁਪਏ ਹੋਏ? ਅੱਗੋਂ ਜਵਾਬ ਆਇਆ, ਮੈਂ ਅੱਜ ਤੁਹਾਡੀ ਮਦਦ ਕੀਤੀ ਹੈ, ਤੁਸੀਂ ਵੀ ਕਿਸੇ ਮਦਦ ਜਿਹਨੂੰ ਮਦਦ ਦੀ ਲੋੜ ਹੋਏਗੀ ਨਾ, ਉਹਦੀ ਮਦਦ ਕਰ ਦਿਓ। ਐਵੇਂ ਕੁਝ ਦਿਨ ਲੰਘੇ। ਕੁਝ ਦਿਨ ਲੰਘੇ ਤਾਂ ਉਹ ਮਾਤਾ ਬਾਜ਼ਾਰ ਜਾਂਦੀ ਹੈ, ਦੇਖਦੀ ਹੈ ਕਿ ਇੱਕ ਔਰਤ ਨਾ ਬੜੀ ਮੁਸ਼ਕਿਲ ਹਾਲਤ ਵਿੱਚ ਸਮਾਨ ਵੇਚ ਰਹੀ ਹੁੰਦੀ ਹੈ। ਮਾਤਾ ਦੇਖ ਕੇ ਅੰਦਾਜ਼ਾ ਲਗਾ ਲੈਂਦੀ ਹੈ ਕਿ ਪੱਕਾ ਕੋਈ ਮਜਬੂਰੀ ਹੋਣੀ ਹੈ, ਨਹੀਂ ਤਾਂ ਐਸੀ ਹਾਲਤ ਵਿੱਚ ਕੌਣ ਕੰਮ ਕਰਦਾ। ਉਹਦੇ ਕੋਲ ਜਾ ਕੇ ਉਹਨੂੰ 2000 ਦਾ ਨੋਟ ਪਕੜਾ ਦਿੰਦੀ। ਉਹ ਬੜੀ ਹੈਰਾਨ ਹੁੰਦੀ ਹੈ, ਨਾ ਜਾਣ ਨਾ ਪਹਿਚਾਣ, ਅਤੇ 2000 ਦਾ ਨੋਟ ਦੇ ਰਹੀ ਹੈ। ਮਾਤਾ ਕਹਿੰਦੀ, ਰੱਖ ਲੈ, ਮੇਰੇ ਵੱਲੋਂ ਤੇਰੇ ਆਉਣ ਵਾਲੇ ਬੱਚੇ ਲਈ ਹੈ। ਪਤਾ ਉਹ ਮਾਤਾ ਜਿਸਨੇ ਉਸਨੂੰ ਪੈਸੇ ਦਿੱਤੇ ਸੀ, ਉਹ ਉਸੇ ਬੰਦੇ ਦੀ ਘਰਵਾਲੀ ਸੀ ਜਿਸਨੇ ਮਾਤਾ ਨੂੰ ਉਸ ਦਿਨ ਘਰ ਛੱਡਿਆ ਸੀ। ਤਾਂ ਜਦੋਂ ਘਰ ਜਾਂਦੀ ਹੈ ਸ਼ਾਮ ਨੂੰ, ਤਾਂ ਉਹਦਾ ਜੋ ਘਰਵਾਲਾ ਆਉਂਦਾ ਹੈ, ਤਾਂ ਉਹ ਪਰੇਸ਼ਾਨ ਜਿਹਾ ਹੁੰਦਾ, ਅਤੇ ਉਹ ਬੜੀ ਖੁਸ਼ ਹੁੰਦੀ ਹੈ। ਉਹ ਕਹਿੰਦੀ ਕਿ ਤੁਸੀਂ ਐਵੇਂ ਪਰੇਸ਼ਾਨ ਹੋ ਰਹੇ ਸੀ ਨਾ, ਦੇਖੋ ਵਾਹਿਗੁਰੂ ਜੀ ਨੇ ਸਾਡੀ ਮਦਦ ਕੀਤੀ ਅੱਜ। ਸਾਰੀ ਗੱਲ ਦੱਸਦੀ ਹੈ, ਮਨ ਵਿੱਚ ਜੋ ਵੀ ਚੱਲ ਰਿਹਾ ਹੁੰਦਾ ਸਾਰਾ ਦੱਸ ਦਿੰਦੀ ਹੈ ਕਿ ਕਿਵੇਂ ਅੱਜ ਮੇਰੇ ਨਾਲ ਹੋਇਆ। ਉਹ ਦੱਸਦਾ ਹੈ ਕਿ ਵਾਹਿਗੁਰੂ, ਕਿਸੇ ਦਾ ਭਲਾ ਕਰਨ ਉੱਤੇ ਤੂੰ ਕਿਵੇਂ ਕਿੰਨਾ ਜਲਦੀ ਸਾਨੂੰ ਉਹਦਾ ਫਲ ਦੇ ਦਿੰਦਾ, ਕਿ ਰੱਬ ਨੇ ਕਿਸੇ ਮੈਂ ਭਲਾ ਕੀਤਾ ਅਤੇ ਰੱਬ ਨੇ ਉਹਦੇ ਬਦਲੇ ਮੇਰਾ ਭਲਾ ਕਰ ਦਿੱਤਾ। ਹਮੇਸ਼ਾ ਯਾਦ ਰੱਖਿਓ, ਜੋ ਆਪਾਂ ਕਰਦੇ ਹਾਂ ਨਾ, ਉਹੀ ਪਾਉਂਦੇ ਹਾਂ। ਜੋ ਕਰਦੇ ਹਾਂ ਉਹੀ ਪੱਲੇ ਪਏਗਾ, ਉਹੀ ਬਦਲ ਕੇ ਸਾਡੇ ਕੋਲ ਆਵੇਗਾ। ਆਪਾਂ ਕੀ ਮੰਨਦੇ ਹਾਂ, ਇਸ ਗੱਲ ਨਾਲ ਫਰਕ ਨਹੀਂ ਪੈਂਦਾ, ਪਰ ਹੁੰਦਾ ਉਹੀ ਹੈ, ਜੋ ਆਪਾਂ ਕਰਦੇ ਹਾਂ ਤਾਂ ਉਸਦਾ ਫਲ ਮਿਲਦਾ। ਮੰਨ ਲਓ ਆਪਾਂ ਨੂੰ ਪਤਾ ਹੈ ਕਿ ਇਹ ਖਾਣਾ ਆਪਣੇ ਲਈ ਠੀਕ ਨਹੀਂ ਹੈ, ਫਿਰ ਆਪਾਂ ਖਾ ਲਈਏ ਅਤੇ ਬਿਮਾਰ ਹੋ ਜਾਈਏ, ਉਹ ਲਾਜ਼ਮੀ ਹੈ ਨਾ? ਅਤੇ ਜੇ ਐਵੇਂ ਦਾ ਖਾਈਏ ਜਿਸ ਨਾਲ ਸਿਹਤ ਠੀਕ ਹੋਵੇ, ਤੰਦਰੁਸਤ ਹੋਵਾਂਗੇ ਖਾਣ ਨਾਲ, ਅਤੇ ਉਹਦਾ ਨਤੀਜਾ ਮਿਲਿਆ ਨਾ। ਜੇ ਗਲਤ ਖਾਧਾ ਬਿਮਾਰ ਹੋਏ, ਸਹੀ ਖਾਧਾ ਤੰਦਰੁਸਤ ਹੋਏ, ਨਤੀਜਾ ਤਾਂ ਦੋਨਾਂ ਪੱਖੋਂ ਮਿਲਿਆ ਨਾ। ਇਹ ਗੱਲ ਤਾਂ ਸਮਝ ਜਾਂਦੇ ਹਾਂ ਆਪਾਂ। ਇੱਕ ਗੱਲ ਦੱਸੋ, ਜੇ ਤੁਹਾਡੇ ਨਾਲ ਕੋਈ ਚੰਗਾ ਵਤੀਰਾ ਕਰਦਾ, ਤਾਂ ਤੁਸੀਂ ਉਸ ਨਾਲ ਬੁਰਾ ਕਰੋਗੇ? ਜੇ ਤੁਸੀਂ ਕਿਸੇ ਨਾਲ ਬੁਰਾ ਨਹੀਂ ਕਰੋਗੇ, ਤਾਂ ਤੁਸੀਂ ਇਕੱਲੇ ਤਾਂ ਹੋ ਨਹੀਂ ਇਸ ਦੁਨੀਆ ਵਿੱਚ, ਇਸ ਸਮਾਜ ਵਿੱਚ ਕਰੋੜਾਂ ਵਧੀਆ ਵੀ ਨੇ ਅਤੇ ਕਰੋੜਾਂ ਮਾੜੇ ਲੋਕ ਵੀ ਬੈਠੇ ਨੇ। ਜੋ ਚੰਗੇ ਹਨ, ਉਹ ਬਿਨਾਂ ਮਤਲਬ ਤੋਂ ਕਿਸੇ ਦਾ ਚੰਗਾ ਅਤੇ ਭਲਾਈ ਕਰਦੇ ਹਨ। ਇਹ ਗੱਲ ਵੀ ਸੱਚ ਹੈ ਕਿ ਕੁਝ ਐਵੇਂ ਦੇ ਲੋਕ ਵੀ ਹਨ ਜਿਨ੍ਹਾਂ ਦਾ ਭਲਾ ਕਰੀਏ, ਉਹ ਫਿਰ ਵੀ ਬੁਰਾ ਹੀ ਕਰ ਜਾਂਦੇ ਨੇ।
ਫੁੱਲਾਂ ਨਾਲ ਜਿਵੇਂ ਕੰਢੇ ਹੁੰਦੇ ਹਨ ਉਵੇਂ ਸਾਡਾ ਸਮਾਜ ਹੈ। ਇਹ ਫੁੱਲ ਅਤੇ ਕੰਢੇ ਸਾਨੂੰ ਮਨੁੱਖਾਂ ਦੀ ਪਰਖ ਕਰਾਉਣਾ ਸਿਖਾਉਂਦੇ ਨੇ। ਇਸ ਲਈ ਕਦੇ ਵੀ ਮਨ ਵਿੱਚ ਇਹ ਨਾ ਆਉਣ ਦਿਓ ਕਿ ਭਲਾਈ ਦਾ ਤਾਂ ਹੁਣ ਜ਼ਮਾਨਾ ਹੀ ਨਹੀਂ। ਜੇ ਆਪਾਂ ਸਮਾਜ ਨੂੰ ਬਦਲਣਾ ਹੈ ਤਾਂ ਪਹਿਲਾਂ ਖੁਦ ਨੂੰ ਬਦਲੋ। ਜਦੋਂ ਆਪਾਂ ਸਭ ਨੇ ਮਿਲ ਕੇ ਇੱਕ ਦੂਜੇ ਦੀ ਮਦਦ ਕਰਨੀ ਆਰੰਭ ਕਰ ਦਿੱਤੀ ਨਾ ਤਾਂ ਵੇਖੋ ਫਿਰ ਕਿਵੇਂ ਖੁਸ਼ੀਆਂ ਹੁੰਦੀਆਂ ਚਾਰੇ ਪਾਸੇ। ਪਰ ਆਪਾਂ ਇਸ ਬਾਰੇ ਸੋਚਦੇ ਹੀ ਨਹੀਂ। ਆਪਾਂ ਬੁਰੀਆਂ ਚੀਜ਼ਾਂ ਜੋ ਵਾਪਰਦੀਆਂ ਨੇ ਉਹੀ ਦਿਮਾਗ ਵਿੱਚ ਬਿਠਾ ਲੈਂਦੇ ਹਾਂ। ਜਿਵੇਂ ਇੱਕ ਝੂਠ ਨੂੰ ਜਿੰਨੀ ਜ਼ਿਆਦਾ ਵਾਰ ਬੋਲਿਆ ਜਾਏਗਾ ਉਹ ਸੱਚ ਲੱਗਣ ਲੱਗ ਜਾਂਦਾ ਹੈ, ਉਵੇਂ ਹੀ ਬੁਰੇ ਨੂੰ ਕੋਈ ਉਵੇਂ ਹੀ ਫਿਰ ਆਪਾਂ ਕੀ ਕਰਦੇ ਹਾਂ ਬੁਰੀਆਂ ਚੀਜ਼ਾਂ ਮਨ 'ਚ ਬਿਠਾ ਲੈਂਦੇ ਹਾਂ ਅਤੇ ਉਹ ਬੈਠ ਜਾਂਦੀਆਂ ਨੇ। ਬੁਰੇ ਨੂੰ ਕੋਈ ਪਸੰਦ ਨਹੀਂ ਕਰਦਾ। ਸਭ ਨੂੰ ਮਿੱਠਾ ਬੋਲਣ ਵਾਲੇ ਪਸੰਦ ਹੁੰਦੇ ਨੇ, ਮਿੱਠੇ ਸੁਭਾਅ ਵਾਲੇ ਪਸੰਦ ਹੁੰਦੇ ਨੇ। ਜੋ ਦੂਜਿਆਂ ਦੀ ਮਦਦ ਕਰਦਾ ਨਾ ਉਹ ਸਭ ਨੂੰ ਵਧੀਆ ਲੱਗਦਾ, ਤੁਹਾਨੂੰ ਖੁਦ ਨੂੰ ਵੀ ਵਧੀਆ ਲੱਗੇਗਾ। ਜੋ ਲੋਕ ਦੂਜਿਆਂ ਦਾ ਦਰਦ ਵੰਡਦੇ ਨੇ ਉਹਨਾਂ ਦਾ ਦਰਦ ਆਪੇ ਹੀ ਘੱਟ ਹੋ ਜਾਂਦਾ। ਫਿਰ ਵੇਖਿਓ ਜ਼ਿੰਦਗੀ ਕਿੰਨੀ ਸੋਹਣੀ ਹੋ ਜਾਂਦੀ ਹੈ। ਜਦੋਂ ਕੋਈ ਤੁਹਾਡੇ ਲਈ ਅਰਦਾਸ ਕਰਦਾ ਹੈ ਫਿਰ ਵੇਖਿਓ ਦਿਨ ਕਿਵੇਂ ਬਦਲਣਗੇ। ਫਿਰ ਦਿਨ ਬਦਲਦਿਆਂ ਦੇਰ ਨਹੀਂ ਲੱਗਣੀ। ਜਿਸ ਦਿਨ ਕੋਈ ਨਿਰਾਸ਼, ਕੋਈ ਥੱਕ ਹਾਰ ਕੇ, ਕੋਈ ਪੂਰੀ ਨਿਰਾਸ਼ਾ ਨਾਲ ਭਰਿਆ ਤੁਹਾਡੇ ਕਾਰਨ ਹੱਸ ਪਿਆ ਨਾ, ਤੁਹਾਨੂੰ ਕਿੰਨੀ ਖੁਸ਼ੀ ਮਿਲੇਗੀ। ਇੰਝ ਛੋਟੀਆਂ ਛੋਟੀਆਂ ਖੁਸ਼ੀਆਂ ਨੇ ਨਾ ਇਸ ਤੋਂ ਕਿਤੇ ਹੋਰ ਕਿਸੇ ਵੱਡੇ ਧਨ ਦੌਲਤ ਗੱਡੀ ਮਹਿਲਾਂ ਦੀ ਜ਼ਰੂਰਤ ਨਹੀਂ ਆ ਉਹ ਖੁਸ਼ੀਆਂ ਲੈਣ ਲਈ। ਬਸ ਇਹੀ ਗੱਲਾਂ ਨੇ, ਸਾਡੀ ਛੋਟੀ ਜਿਹੀ ਕੀਤੀ ਮਦਦ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ। ਆਪਾਂ ਵੀ ਆਪਣੇ ਚਾਰ ਚੁਫੇਰੇ ਨਜ਼ਰ ਮਾਰ ਕੇ ਦੇਖੀਏ, ਜੋ ਲੱਗਦਾ ਹੈ ਜ਼ਰੂਰਤਮੰਦ ਹੈ ਜਿਹਦੀ ਆਪਾਂ ਮਦਦ ਕਰ ਸਕਦੇ ਹਾਂ, ਕੀ ਪਤਾ ਕਿਸੇ ਦੀ ਮਦਦ ਨਾਲ ਕਿਤੇ ਸਾਡੇ ਦੁਬਾਰਾ ਜੋ ਅਸੀਂ ਕਿਸੇ ਦੀ ਮਦਦ ਕਰਦੇ ਪਏ ਉਹ ਸਾਡੀ ਵੀ ਕਿਤੇ ਨਾ ਕਿਤੇ ਸਾਡੀ ਵੀ ਹੋ ਜਾਏਗੀ, ਦੁਬਾਰਾ ਸਾਡੇ ਕੋਲ ਵੀ ਆ ਜਾਏ। ਇਸ ਲਈ ਪਹਿਲਾਂ ਖੁਦ ਨੂੰ ਬਦਲੀਏ, ਆਪਾਂ ਬਦਲਾਂਗੇ ਫਿਰ ਸਮਾਜ ਵੀ ਬਦਲ ਜਾਏਗਾ। ਜਿਵੇਂ ਇੱਕ ਦੀਵੇ ਨਾਲ ਹਜ਼ਾਰਾਂ ਜਗ ਸਕਦੇ ਨੇ ਨਾ, ਉਵੇਂ ਜੇ ਕੋਈ ਇੱਕ ਬਦਲ ਗਿਆ ਤਾਂ ਉਸ ਕੋਲ ਇੰਨੀ ਤਾਕਤ ਹੈ ਕਿ ਉਹ ਹੋਰਾਂ ਨੂੰ ਵੀ ਬਦਲ ਸਕਦਾ। ਸਾਡਾ ਚਾਰ ਚੁਫੇਰੇ ਮਾੜਾ ਹੈ ਜਾਂ ਚੰਗਾ ਹੈ ਇਹ ਵੇਖਣ ਵਾਲੇ ਦੀ ਨਜ਼ਰ 'ਤੇ ਨਿਰਭਰ ਕਰਦਾ ਹੈ। ਆਪਾਂ ਜਿਵੇਂ ਦਾ ਸੋਚਣ ਲੱਗਦੇ ਹਾਂ ਆਪਾਂ ਉਹ ਇਨਸਾਨ ਜਾਂ ਉਹ ਸਮਾਜ ਉਵੇਂ ਦਾ ਲੱਗਣ ਲੱਗ ਜਾਂਦਾ। ਅਤੇ ਆਪਣੇ ਹੱਥ ਵਿੱਚ ਹੈ ਕਿ ਆਪਾਂ ਖੁਦ ਨੂੰ ਬਦਲਣਾ ਕਿ ਵਿਗਾੜਨਾ, ਚੰਗਾ ਜਾਂ ਮਾੜਾ ਆਪਣੇ ਹੱਥ ਵਿੱਚ ਹੈ। ਹੁਣ ਉਹ ਆਪ ਦੇਖਣਾ ਕਿ ਕਰਨਾ ਕੀ ਹੈ। ਜੋ ਵੀ ਕਰਾਂਗੇ ਉਹ ਕੱਲ੍ਹ ਪਰਸੋਂ ਚੌਥੇ ਮੁੜ ਕੇ ਸਾਡੇ ਕੋਲ ਆਏਗਾ ਹੀ ਆਏਗਾ। ਜੇ ਖੁਦ ਚਾਹੁੰਦੇ ਹੋ ਨਾ ਕਿ ਖੁਸ਼ ਰਹੀਏ ਤਾਂ ਪਹਿਲਾਂ ਖੁਸ਼ੀਆਂ ਵੰਡਣੀਆਂ ਵੀ ਸਿੱਖੋ। ਜੇ ਕੋਈ ਬੁਰਾ ਹੁੰਦਾ ਹੈ ਨਾ ਤਾਂ ਐਵੇਂ ਸੋਚੋ ਕਿ ਇਸ ਪਿੱਛੇ ਵੀ ਕਿਤੇ ਨਾ ਕਿਤੇ ਮੇਰੀ ਹੀ ਭਲਾਈ ਲੁਕੀ ਹੈ। ਆਪਾਂ ਕਿਉਂ ਗੋਡੇ ਟੇਕਦੇ ਹਾਂ, ਇਸ ਅੱਗੇ ਇੰਨੀ ਜਲਦੀ ਕਿਉਂ ਹਾਰ ਮੰਨ ਕੇ ਬੈਠ ਜਾਂਦੇ ਹਾਂ, ਕਿਉਂ ਨਹੀਂ ਹੌਸਲਾ ਰੱਖਦੇ। ਅੱਜ ਦੇ ਸਮੇਂ ਵਿੱਚ ਜੇ ਕਿਸੇ ਨੂੰ ਦੁਖੀ ਕਰਨਾ ਨਾ ਤਾਂ ਬਹੁਤ ਸੌਖਾ ਹੈ, ਬੜਾ ਸੌਖਾ ਪਿਆ। ਲੋਕ ਪਹਿਲਾਂ ਹੀ ਤਿਆਰ ਬੈਠੇ ਹੁੰਦੇ ਨੇ ਕਿ ਆ ਜਾਓ ਕਰ ਲਓ, ਕਿਉਂਕਿ ਉਹ ਪਹਿਲਾਂ ਹੀ ਅੰਦਰੋਂ ਇੰਨੇ ਦੁਖੀ ਹੁੰਦੇ ਨੇ। ਸਭ ਨੂੰ ਇਹ ਹੈ ਕਿ ਮੇਰੇ ਕੰਮ ਠੀਕ ਹੋ ਜਾਣ, ਮੈਨੂੰ ਖੁਸ਼ੀ ਮਿਲ ਜੇ, ਮੇਰਾ ਆਹ ਹੋ ਜੇ, ਮੇਰਾ ਆਹ ਵੀ ਸੋਰ ਜੇ, ਹੋਰਾਂ ਬਾਰੇ ਕੋਈ ਨਹੀਂ ਸੋਚਦਾ। ਆਪਾਂ ਆਪਣੇ ਵਿੱਚ ਇੰਨੇ ਉਲਝੇ ਹੁੰਦੇ ਹਾਂ ਕਿ ਸਾਨੂੰ ਤਾਂ ਆਪਣੇ ਪਰਿਵਾਰ ਬਾਰੇ ਹੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਹੋ ਕੀ ਰਿਹਾ, ਕੋਈ ਖਬਰ ਨਹੀਂ, ਕੋਈ ਸਾਰ ਨਹੀਂ। ਆਪਾਂ ਕਿਸੇ ਵੀ ਚੀਜ਼ ਵਿੱਚ ਚੰਗਾ ਦੇਖਦੇ ਹੀ ਨਹੀਂ, ਬਸ ਆਪਾਂ ਨੂੰ ਬੁਰਾਈਆਂ ਸ਼ਿਕਾਇਤਾਂ ਕੱਢਣੀਆਂ ਆਉਂਦੀਆਂ ਹਨ। ਇਹ ਗੱਲ ਮੇਰੇ ਜਾਂ ਤੁਹਾਡੀ ਨਹੀਂ, ਸਾਰਿਆਂ ਦੀ ਹੋਈ ਹੈ। ਬਸ ਆਪਾਂ ਨੂੰ ਨਿੰਦਿਆ ਕਰਨੀ ਆਉਂਦੀ ਹੈ। ਨਿੰਦਿਆ ਕਰਨ ਵਾਲੇ ਬਹੁਤ ਮਿਲਣਗੇ ਪਰ ਸ਼ੁਕਰਾਨਾ ਕਰਨ ਵਾਲੇ ਬਹੁਤ ਘੱਟ ਮਿਲਣਗੇ। ਸਮਾਂ ਕਿਵੇਂ ਦਾ ਵੀ ਹੋਵੇ, ਤੁਹਾਡੇ ਹੱਕ ਵਿੱਚ ਹੋਵੇ ਜਾਂ ਤੁਹਾਡੇ ਖਿਲਾਫ ਹੋਵੇ, ਚੰਗਾ ਸੋਚਣਾ ਅਤੇ ਚੰਗਾ ਦੇਖਣ ਦੀ ਕੋਸ਼ਿਸ਼ ਕਰੋ। ਜੋ ਸੋਚਾਂਗੇ ਉਹ ਅੰਦਰ ਚੱਲੇਗਾ, ਜੋ ਅੰਦਰ ਚੱਲੇਗਾ ਉਹ ਹੋਣਾ ਸ਼ੁਰੂ ਹੋ ਜਾਏਗਾ, ਉਹ ਹੋਣਾ ਆਰੰਭ ਹੋ ਜਾਏਗਾ। ਫਿਰ ਕਿਉਂ ਨਹੀਂ ਆਪਣੀ ਸੋਚ ਨੂੰ ਹੀ ਬਦਲੀਏ। ਆਪਾਂ ਜੋ ਚੀਜ਼ ਸਾਡੇ ਹੱਥ ਵਿੱਚ ਹੈ ਜੋ ਬਦਲੀ ਜਾ ਸਕਦੀ ਹੈ ਉਹ ਤਾਂ ਕਰੀਏ। ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਕਿੰਨਾ ਕੁ ਉਸ ਬਾਰੇ ਸੋਚੀਏ, ਕਿੰਨਾ ਕੁ ਉਸ ਬਾਰੇ ਵਧੀਆ ਸੋਚ ਸਕਦੇ ਹਾਂ, ਕਿੰਨਾ ਖੁਸ਼ ਹੋ ਕੇ ਜ਼ਿੰਦਗੀ ਤੋਂ। ਆਪਾਂ ਖੁਦ ਨੂੰ ਪੁੱਛੀਏ ਕਿ ਆਪਾਂ ਆਪਣੀ ਜ਼ਿੰਦਗੀ ਤੋਂ ਕਿੰਨਾ ਖੁਸ਼ ਅਤੇ ਕਿੰਨਾ ਉਦਾਸ ਆ। ਆਪਣੇ ਵਿੱਚੋਂ ਜ਼ਿਆਦਿਆਂ ਦਾ ਜਵਾਬ ਪਤਾ ਕੀ ਹੋਏਗਾ ਕਿ ਅਸੀਂ ਉਦਾਸ ਹਾਂ। ਕਿਉਂ ਸਾਡੇ ਵਿੱਚ ਇੰਨੀ ਸਮਝ ਨਹੀਂ ਕਿ ਜਦੋਂ ਹਾਲਾਤ ਸਾਡੇ ਵੱਲ ਨਹੀਂ ਅਸੀਂ ਉਸ ਸਮੇਂ ਵੀ ਹੱਸ ਸਕਦੇ ਹਾਂ। ਪਤਾ ਇੰਨਾ ਦੁੱਖ ਉਸ ਸਿਚੁਏਸ਼ਨ ਵਿੱਚ ਨਹੀਂ ਹੁੰਦਾ ਜਿੰਨਾ ਅਸੀਂ ਆਪਣੇ ਅੰਦਰ ਭਰ ਕੇ ਬੈਠੇ ਹੁੰਦੇ ਹਾਂ। ਇਸ ਨੂੰ ਮਨ ਨੂੰ ਸੋਚ ਨੂੰ ਥੋੜ੍ਹਾ ਜਿਹਾ ਬਦਲ ਕੇ ਵੇਖੋ, ਸਭ ਵਧੀਆ ਲੱਗਣ ਲੱਗ ਜਾਏਗਾ।
ਖੁਸ਼ੀਆਂ ਬਾਹਰ ਜੇ ਬਾਹਰੋਂ ਲੱਭਾਂਗੇ ਨਾ ਬਾਹਰੋਂ ਨਹੀਂ ਲੱਭਣੀਆਂ, ਇਹ ਅੰਦਰੋਂ ਆਉਣੀਆਂ ਨੇ। ਬਾਹਰੋਂ ਬਦਲ ਲਈਏ ਕੁਝ ਨਹੀਂ ਬਦਲਣਾ, ਜਿੰਨਾ ਚਿਰ ਅੰਦਰੋਂ ਨਹੀਂ ਬਦਲਦੇ ਉਨ੍ਹਾਂ ਚਿਰ ਖੁਸ਼ੀਆਂ ਨਹੀਂ ਆਉਣੀਆਂ। ਅੰਦਰ ਜੋ ਮਨ ਹੈ ਸੋਚ ਬਦਲੇਗੀ ਨਾ ਉਦੋਂ ਖੁਸ਼ੀਆਂ ਆਉਣਗੀਆਂ।